रोल कैमरा रोल इन ए एक्शन। सो गाइस आपा लोकेशन पे पहुंच गए जी। सो बने रहियो ब्लॉग दे नाल, लाइक शेयर सब्सक्राइब कर दियो ते ब्लॉग बहुत कैंट होने वाला। सो गाइस टॉप बोदिया मेकअप खराब हो जांदा फिर दोबारा मेकअप करन लगे। सो हुन पाजी हुनी ला रहे बैंड आई लोकेशन ते बैंड ला के अंदर जान दिंदे जी। हुन तू पकौड़ियां तो बाद हुन बर्गर फड़ लिया पाजी हैं फिर कैमरे वाले मुंडे जिहदा कैमरा लेके चलने रेंट ते। सो चलदे आ जी। करो आपां हैगे आ जी अंबरसर रोड ते पूरी धुंद पई आ देख लो किद्दां दा महसूस हो रहा शूटिंग ते आके अगला सीक्वेंस इत्थे करांगे घैंट लोकेशन दोस्तों की हाल चाल थोड़ा जी स्वागत कर रहे दिशम ब्लॉग से। टाइम हो गया जी 3:30 तो उत्ते 3 बजे असं उठे सके नहीं। सो आप चले हाँ जी बंदा देख लिया ये जो बंदा आता घर तो मतलब आप कितने जाने शूटिंग से। सो आप हूँ चले हाँ जी शूट रेडी शूट से तो मुंडा रख चला समान गड्डी की रख चला अच्छा बूट रखने गला जाना चपला पा गया है। अच्छा तो मेरी गल सुनो गड्डी चो बेस भी कढ़नी है हाँ पिछों डिग्गी खोल ला पहला। सो देख सकते हैं गाइस नेरा किन्ना हले तक हुण सियाला नूं इत्तों भी ज़्यादा नेरा होया करना आ कढ़ देनी है सही गल ये कढ़ दे दो दो बेसा रखियां गड्डी च देख ला। चलो जी चलते हैं जी हुण आपां कित्थे जाना भाई अमृतसर अंबरसर दे कोल ਸ਼ੂਟ ਆਪਣਾ ਬਾਗਾ ਬਾਰਡਰ ਦੇ ਕੋਲ ਆ ਕਿ ਗੋਲਡਨ ਟੈਂਪਲ ਪਹਿਲਾਂ ਥੋੜਾ ਜਿਹਾ ਅੱਛਾ ਟੈਂਪਲ ਕੋਲ ਅੱਛਾ ਬਾਗਾ ਬਾਰਡਰ ਚਲੋ ਜੀ ਠੀਕ ਆ ਜੀ। ਸੋ ਗਾਇਸ ਤੇ ਰੈਡੀ ਆ ਜੀ ਰੋਟੀ ਪਾਣੀ ਖਾਵਾਂਗੇ ਤੇ ਹਮੇਸ਼ਾ ਦੀ ਤਰ੍ਹਾਂ ਮੰਮੀ ਹੁਣੀ ਲੱਗੇ ਆ ਕਿਚਨ 'ਚ ਪੂਰਾ ਸਾਥ ਦੇਣ। ਲਓ ਜੀ ਉਹ ਗੱਲੇ ਆਲੂ ਛਿੱਲੀ ਜਾਂਦੇ ਹਲੇ ਹੋਰ ਹੈ। ਸੋ ਮੰਮੀ ਕਹਿੰਦੇ ਆਲੂਆਂ ਦੀ ਸਬਜ਼ੀ ਲੈ ਜਿਓ ਨਾਲ ਤੇ ਖਾ ਕੇ ਵੀ ਚਲ ਜਿਓ ਨਾਲ ਰੋਟੀ। ਸੋ ਚੱਲਦੇ ਆ ਜੀ ਆਪਾਂ ਤੇ ਇੱਧਰ ਤੁਹਾਨੂੰ ਹੋਰ ਬੰਦੇ ਨਾਲ ਮਿਲਾਉਣੇ ਆ ਦੇਖੋ ਜੰਮੂ ਤੋਂ ਆਏ ਮਾਤਾ ਸ਼੍ਰੀ ਜੈ ਮਾਤਾ ਜੀ ਤੇ ਇਹ ਵੀ ਪੂਰੀ ਮਿਹਨਤ ਕਰਨ ਲੱਗੇ ਆ ਇੱਧਰ ਇੱਧਰ ਚੱਲਦੇ ਘੀ ਵਾਲੇ ਪਰੌਂਠੇ ਮੈਨੂੰ ਲੱਗਦਾ ਸਵੇਰੇ ਸਵੇਰੇ ਘੀ ਵਾਲੇ ਹੈ ਨਾ ਸਾਬੂਦਾਨੇ ਵਾਲੇ ਹੁਣ ਸਾਬੂਦਾਨੇ ਵਾਲੇ ਪਰੌਂਠੇ ਚੱਲਦੇ ਆ ਸਵੇਰੇ ਸਵੇਰੇ। ਸੋ ਇੱਧਰ ਦੇਖੋ ਜੀ ਦੋ ਦੋ ਮਾਤਾ ਲੱਗੀਆਂ ਪੂਰੀਆਂ ਕਿਚਨ 'ਚ ਕੰਮ ਕੰਮ ਠੋਕ ਕੇ। ਸੋ ਚੱਲਦੇ ਹਾਂ ਜੀ ਆਪਾਂ ਅੰਮ੍ਰਿਤਸਰ ਲੈ ਕੇ ਤੁਹਾਨੂੰ ਅੱਜ ਬਣੇ ਰਹੋ ਵਲੌਗ ਨਾਲ ਜੁੜੇ ਰਹੋ ਸਬਸਕ੍ਰਾਈਬ ਕਰ ਦਿਓ ਚੰਗੀ ਤਰ੍ਹਾਂ ਚੈਨਲ ਨੂੰ। ਸੋ ਮਿਲਦੇ ਹਾਂ ਜੀ ਤੁਹਾਨੂੰ ਅੰਮ੍ਰਿਤਸਰ ਜਾ ਕੇ ਚੱਕ ਦੇ ਫੱਟੇ 'ਤੇ ਰੈਡੀ ਰੋਟੀ ਪਾਣੀ ਖਾ ਲਿਆ ਅਤੇ ਹੁਣ ਆਪਾਂ ਚੱਲੇ ਹਾਂ ਜੀ। चल कोई ना रख तू तेन मेरे वालों आशीर्वाद आशीर्वाद। सो मित्रों आप हम बह गए जॉनी साहब भी बह गए अपने नाल। सो आप चले हाँ जी हुण पहला चक्कांगे मेकअप वाले है ना फिर कैमरा ते फिर कैमरे वाले मुंडे जिहदा कैमरा लैके चलने रेंट ते। सो चलते हाँ जी सारे जलंधरों चक्कना आप जलंधरों चक्कना जी। सो चलते हाँ जी मित्रों कैमरे वाले भाई नूं चक लिया तो देख लो भी नहीं आ रहे पूरे हाँ जी कर दिओ हैलो फिर सारे ते हुण मेकअप वाले भाई रह गए आउंदे पए आ उन्हां दी वेट करदे हां।
ਆਪਾਂ ਹੈਗੇ ਆ ਜੀ ਅੰਮ੍ਰਿਤਸਰ ਰੋਡ ਤੇ ਤੇ ਪੂਰੀ ਧੁੰਦ ਪਈ ਆ ਦੇਖ ਲਓ ਫੋਗ ਪੂਰੀ ਹੈ ਸ਼ਹਿਰ ਦੇ ਰੇਲਾ ਪੂਰੀ ਜਿੱਥੇ ਖੇਤ ਆਉਂਦੇ ਉੱਥੇ ਧੁੰਦ ਜ਼ਿਆਦਾ ਆਉਂਦੀ ਹੈ ਸੋ ਮਿੱਤਰੋ ਬਹੁਤ ਜ਼ਿਆਦਾ ਧੁੰਦ ਪਈ ਆ ਹਲੇ ਸਿਆਲ ਸ਼ੁਰੂ ਨਹੀਂ ਹੋਏ ਤਾਂ ਵੀ ਧੁੰਦ ਦੀਦੀ ਹੈ ਸੋ ਮਿੱਤਰੋ ਆਪਾਂ ਪਹੁੰਚ ਲਈ ਗੇਟ ਤੇ ਐਂਟਰ ਕਰ ਗਏ ਅੰਮ੍ਰਿਤਸਰ ਸੋ ਗਾਇਜ਼ ਅਸੀਂ ਆਪਣੀ ਲੋਕੇਸ਼ਨ 'ਤੇ ਪਹੁੰਚ ਗਏ ਸੀਗੇ ਅਤੇ ਰਮੇਸ਼ ਭਾਅ ਜੀ ਨੂੰ ਚੱਕਣਾ ਸੀ ਚੱਕ ਲਿਆ ਜੀ ਰਮੇਸ਼ ਭਾਅ ਜੀ ਹੈਲੋ ਕਰ ਦਿਓ ਸਾਰਿਆਂ ਨੂੰ ਅਤੇ ਉਹ ਭਾਅ ਜੀ ਨੂੰ ਤੁਸੀਂ ਪਛਾਣਦੇ ਹਾਂ ਅਤੇ ਰਮੇਸ਼ ਭਾਅ ਜੀ ਨੂੰ ਅਸੀਂ ਬੜੇ ਟਾਈਮ ਬਾਅਦ ਮਿਲੇ ਅੱਜ ਅਤੇ ਚਲੋ ਜੀ ਅੱਜ ਸਾਰਾ ਦਿਨ ਨਾਲ ਰਵਾਂਗੇ ਅਤੇ ਤੁਹਾਨੂੰ ਦਿਖਾਉਂਦੇ ਰਵਾਂਗੇ ਭਾਅ ਜੀ ਦਾ ਕੰਮ ਬਹੁਤ ਵਧੀਆ ਘੈਂਟ ਆ ਅਤੇ ਦਿਖਾਉਂਦੇ ਹਾਂ ਫਿਰ ਤੁਹਾਨੂੰ ਨਾਲ ਨਾਲ ਮੇਕਅਪ ਹੁੰਦਾ ਆਪਣੇ ਹੇਅਰ ਵਾਲੇ ਭਾਅ ਜੀ ਬੈਠੇ ਆ ਭਾਅ ਜੀ ਕੀ ਨਾਮ ਆ ਦੱਸ ਦਿਓ ਸਨੀ ਸਨੀ ਭਾਅ ਜੀ ਹੈ ਅੰਮ੍ਰਿਤਸਰ ਤੋਂ ਇਹਨਾਂ ਨੂੰ ਵੀ ਫਸਟ ਟਾਈਮ ਮਿਲੇ ਹਾਂ ਆਪਾਂ ਰਮੇਸ਼ ਭਾਅ ਜੀ ਨਾਲ ਤਾਂ ਤਕਰੀਬਨ ਬਹੁਤ ਚਿਰ ਹੋ ਗਿਆ ਕੰਮ ਕਰਦੇ ਹਨ ਸੋ ਚਲੋ ਜੀ ਮਿਲਦੇ ਹਾਂ ਜੀ ਹਾਂਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਸ਼ੂਟਿੰਗ 'ਤੇ ਆ ਕੇ ਬਹੁਤ ਸੋਹਣਾ ਬਸ ਲੋਕੇਸ਼ਨ ਦੱਸੋ ਕਿੱਦਾਂ ਲੱਗੀ ਸਾਡੀ ਲੋਕੇਸ਼ਨ ਅੱਧੀ ਆ ਜਿਹੜੀ ਅਸਲੀ ਲੋਕੇਸ਼ਨ ਉੱਥੇ ਤੁਹਾਨੂੰ ਭਾਅ ਜੀ ਹੁਣੀ ਲੈ ਕੇ ਜਾਣਗੇ ਨਾਲ ਨਾਲ ਤੁਸੀਂ ਬਲੌਗ ਦੇ ਨਾਲ ਬਣੇ ਰਹੇ ਹੋ ਚੈਨਲ ਨੂੰ ਕੀ ਕਰਦੇ ਹੋ ਮੇਕਅਪ ਮੁਕਅਪ ਡਨ ਹੋ ਗਿਆ ਸੀਗਾ ਤੇ ਹੁਣ ਅਸੀਂ ਫੇਰ ਬਹਿ ਗਏ ਗੱਡੀ ਚ ਕੁਛ ਖਾਣ ਲਈ ਲੈਣ ਲੱਗੇ ਸੀਗੇ ਥੋੜੀ ਜਿਹੀ ਰਿਫਰੈਸ਼ਮੈਂਟ ਤੇ ਮਿੱਠੀ ਮੈਨੂੰ ਦੇ ਦੇ ਅਤੇ ਮੈਂ ਲੱਸੀ ਲਈ ਆ ਜੀ ਰਮੇਸ਼ ਭਾਅ ਜੀ ਨੇ ਲੱਸੀ ਇਹਨਾਂ ਨੇ ਮਸਾਲੇ ਵਾਲੀ ਮੈਂ ਮਿੱਠੀ ਥੋੜ੍ਹੀ ਜਿਹੀ ਅਤੇ ਬਾਕੀ ਆਪਣਾ ਲੈਂਦੇ ਪਏ ਖਾਣ ਪੀਣ ਦਾ ਸਮਾਨ ਅਤੇ ਚੱਲਦੇ ਹਾਂ ਜੀ ਆਪਾਂ ਹੈਗੇ ਹਾਂ ਬਾਘਾ ਬਾਰਡਰ ਰੋਡ 'ਤੇ ਇੱਥੇ ਲੋਕੇਸ਼ਨ ਆ ਜੀ ਰੇਨਬੋ ਰਿਜ਼ੋਰਟ ਆ ਉੱਥੇ ਜਾਵਾਂਗੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਜਾ ਕੇ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਸੀ ਲੋਕੇਸ਼ਨ 'ਤੇ ਅਤੇ ਇੱਧਰ ਹੁੰਦਾ ਪਿਆ ਕੈਮਰਾ ਸੈੱਟ ਜੋਨੀ ਸਾਹਿਬ ਕਿੱਦਾਂ ਹਾਂਜੀ ਹੋ ਰਿਹਾ ਸੈੱਟ ਸੈੱਟ ਫਿਰ ਕੈਮਰਾ ਹਾਂਜੀ ਹਾਂਜੀ ਲਓ ਜੀ ਇੱਥੇ ਰੱਖ ਤਿਆਰ ਹੋਣੀ ਅਤੇ ਇਹ ਹੈਗਾ ਬਾਘਾ ਬਾਰਡਰ ਰੋਡ 'ਤੇ ਬਾਘਾ ਬਾਰਡਰ ਰੋਡ 'ਤੇ ਹੀ ਹੈ ਜੀ ਆਹ ਹੈਗੀ ਜੀ ਲੋਕੇਸ਼ਨ ਅੰਦਰੋਂ ਜਾ ਕੇ ਵੀ ਦਿਖਾਵਾਂਗੇ ਬਾਹਰੋਂ ਆ ਪਹਿਲਾਂ ਆਪਾਂ ਸ਼ੋਟ ਇੱਥੇ ਲਵਾਂਗੇ ਸਾਰੇ ਇੱਧਰ ਕੈਮਰਾ ਸੈੱਟ ਹੋ ਰਿਹਾ ਜੀ ਲਓ ਜੀ ਲੋਕੇਸ਼ਨ ਨਜ਼ਰ ਮਾਰੋ ਜੀ ਬਹੁਤ ਘੈਂਟ ਆ ਸੋ ਗਾਇਜ਼ ਆਪਾਂ ਲੋਕੇਸ਼ਨ 'ਤੇ ਪਹੁੰਚ ਗਏ ਜੀ ਲੋਕੇਸ਼ਨ ਦਿਖਾ ਦੇ ਮੈਂ ਮਾੜੀ ਜੀ ਮਿੱਤਰਾ ਸੋ ਇਹ ਹੈਗਾ ਜੀ ਸਾਡੀ ਲੋਕੇਸ਼ਨ ਦਾ ਪਹਿਲਾ ਹਿੱਸਾ ਬਾਕੀ ਅੰਦਰ ਜਾ ਕੇ ਦਿਖਾਵਾਂਗੇ ਤੁਹਾਨੂੰ ਇੱਥੇ ਪਹਿਲਾਂ ਸੀਕੁਐਂਸ ਕਰਾਂਗੇ ਕਾਰ ਕੂਰ ਵਾਲਾ ਅਤੇ ਦੇਖੋ ਜੀ ਚੰਗੀ ਤਰ੍ਹਾਂ ਦਿਖਾ ਦੇ ਮਿੱਤਰਾ ਲੋਕੇਸ਼ਨ ਐਨ ਚੰਗੀ ਤਰ੍ਹਾਂ ਕੀ ਆ ਰੇਨਬੋ ਰਿਜ਼ੋਰਟ ਹੈ ਇਹਦਾ ਨਾਂ ਹੈ ਨਾ ਅਤੇ ਇੱਥੇ ਵਾਟਰ ਪਾਰਕ ਵੀ ਆ ਹੈ ਨਾ ਅਤੇ ਆ ਜਾ ਮੁੜਿਆ ਹੁਣ ਤੂੰ ਤਾਂ ਬਾਹਲਾ ਸੀਰੀਅਸ ਹੋ ਗਿਆ ਸੋ ਆ ਲਓ ਜੀ ਲੈਣ ਕਰਕੇ ਆਹੀ ਬੰਦਾ ਸੀ ਆਪਣਾ ਕੈਮਰਾ ਚਲਾਉਂਦਾ ਅਤੇ ਘੈਂਟ ਬੰਦਾ ਤੋਂ ਬਣੇ ਰਹੇ ਬਲੌਗ ਬਹੁਤ ਘੈਂਟ ਹੋਣ ਵਾਲਾ ਅਤੇ ਤੁਹਾਨੂੰ ਦਿਖਾਉਂਦੇ ਹਾਂ ਜੀ ਅਗਲੇ ਗਾਣੇ ਦੀ ਸ਼ੂਟਿੰਗ ਸੋ ਗਾਇਸ ਕੈਮਰੇ ਦੀ ਸੈਟਿੰਗ ਹੋ ਰਹੀ ਆ ਹਾਲੇ ਤੱਕ ਵੀ ਬਹੁਤ ਟਾਈਮ ਲੱਗ ਰਿਹਾ ਸੋ ਹੁਣ ਭਾਅ ਜੀ ਹੁਣੀ ਲਾ ਰਹੇ ਬੈਂਡ ਲੋਕੇਸ਼ਨ ਤੇ ਬੈਂਡ ਲਾ ਕੇ ਅੰਦਰ ਜਾਣ ਦਿੰਦੇ ਆ ਜੀ ਹੁਣ ਇੱਥੇ ਪਰ ਸਾਡੇ ਇਹ ਬੈਂਡ ਲਾ ਕੇ ਅੰਦਰ ਜਾਣ ਦਿੰਦੇ ਆ ਜਿਹਦੇ ਬੈਂਡ ਹੈਗਾ
वो इतने काम करता था नहीं तो नहीं है ना इदा ही भाजी के नहीं बिल्कुल बिल्कुल लो जी ला दो बैंड भी लो सर करिए फिर स्टार्ट भाजी तेरा बैंड नहीं लगा साडे लग गया तेनू काम इन्होंने औखा आया अंदर नहीं जान देना लवा ला ला दियो स्टार्ट जी पैसे भी दे दियो मेरे नहीं वो कहते तुम देने अपने आप दे धुप बहुत मेकअप खराब हो जाता फिर दोबारा मेकअप करने लगे लो जी अज गर्मी ज्यादा नहीं हो गई जानी बहुत ज्यादा है ना ਕਿੱਦਾਂ ਗਰਮੀ ਗਰਮੀ ਠੀਕ ਹੈ ਜੀ ਵਧੀਆ ਹੈ ਤੂੰ ਤਾਂ ਸ਼ਾਮੇ ਖੜਾ ਤੈਨੂੰ ਤਾਂ ਵਧੀਆ ਹੀ ਲੱਗਣੀ ਆ ਗਰਮੀ ਦੂਸਰੇ ਵਾਲੇ ਇਹੋ ਜੀ ਆਪਣੇ ਲਈ ਅੱਜ ਆਪਣੇ ਲਈ ਠੀਕ ਇਹ ਬਹੁਤ ਖਤਰਨਾਕ ਬੰਦਾ ਹੈ ਅੰਦਰ ਮਸ਼ੀਨਰੀ ਹੈ ਇਹਦੇ ਅੰਦਰ ਸਾਰੀ ਐਡੀਟਿੰਗ ਵਾਲੀ ਹੈ ਨਾ ਨਾਲ ਨਾਲ ਚੱਲਦਾ ਪਿਆ ਜੀ ਹਾਂ ਵੈਸੇ ਤਾਂ ਦਰਸ਼ਕ ਦੇਖਣ ਨੂੰ ਹੀ ਬੈਠੇ ਕਿਸੇ ਦਿਨ ਤੇਰੀ ਇੰਟਰਵਿਊ ਕਰਨੀ ਭਾਜੀ ਆਪਾਂ ਚੈਨਲ ਤੇ ਆਪਣੇ ਜ਼ਰੂਰ ਜ਼ਰੂਰ ਠੀਕ ਹੈ ਉਹ ਚ ਤੂੰ ਬਸ ਕੈਮਰੇ ਬਾਰੇ ਤੇ ਐਡੀਟਿੰਗ ਬਾਰੇ ਹੀ ਬੋਲਣਾ ਠੀਕ ਹੈ ਜੀ ਠੀਕ ਹੈ ਭਾਜੀ ਠੀਕ ਹੈ ਜੀ ਜ਼ਰੂਰ सो मेकअप होंदा अहीं रेस्ट करदे पए आ 2 मिंट चलो जी मिलदे आ फिर मेकअप करा के ते वाटर पार्क भी सी हुण इन्हां ने लोकेशन बनाती अहीं अंदर आ गए आ लो जी देखो पूरी घेंट लोकेशन है हाँ देखो जी वाटर पार्क सी पहला हाँ देखो तो हम लोकेशन घेंट बनाती आ देखो जी इतने ड्रोन चढ़ा देन गए हम साडा हो गया जी लंच टाइम लंच भी है ब्रेकफास्ट भी है दोनों इकट्ठा ही है ना ब्रेकफास्ट ਆਪਾਂ ਬੈ ਕੀਤਾ ਵੀ ਸੀ ਥੋੜਾ ਜਿਹਾ ਮੇਰੇ ਮੰਮੀ ਨੇ ਸਵੇਰੇ ਪਰੌਂਠਾ ਪਕਾ ਕੇ ਭੇਜੇ ਸੀ ਮੰਮੀ ਪਕਾ ਕੇ ਭੇਜੇ ਸੀ ਨਾਲ ਬੰਨ ਕੇ ਭੇਜੇ ਸੀ ਬੰਨ ਕੇ ਹੀ ਭੇਜੇ ਸੀ 2 ਵਜੇ ਉੱਠ ਕੇ ਮੰਮੀ ਨੇ ਪਰੌਂਠੇ ਸੋ ਗਾਇਸ ਲੋ ਜੀ ਆਪਾਂ ਠੰਡਾ ਮਤਲਬ ਕੋਕਾ ਕੋਲਾ ਲੈ ਲਿਆ ਗਰਮੀ ਬਹੁਤ ਜ਼ਿਆਦਾ ਆ ਸਹੀ ਗੱਲ ਹੈ ਇੱਧਰ ਦੇਖੋ ਰੌਣਕਾ ਮੇਲੇ ਲੱਗੇ ਪ੍ਰੀ ਵੈਡਿੰਗ ਵਾਲਿਆਂ ਦੇ ਸਾਰੇ ਪ੍ਰੀ ਵੈਡਿੰਗਾਂ ਸ਼ੂਟ ਕਰਨ ਆਏ ਇੱਥੇ ਅਸੀਂ ਆਏ ਆ ਜੀ ਗਾਣਾ ਸ਼ੂਟ ਕਰਨ ਤੇ ਇੱਧਰ ਦੇਖੋ ਜੀ ਗਾਇਸ ਹੁਣ ਅਸੀਂ ਅਗਲਾ ਸ਼ਾਰਟ ਲੈਣ ਚੱਲੇ ਆ ਜੀ ਰੋਟੀ ਪਾਣੀ ਖਾ ਕੇ ਆ ਦੇਖੋ ਜੀ ਕਿੰਨੇ ਵਧੀਆ ਡੱਕ ਆ ਜੀ ਡੱਕ ਇਹ ਓਏ ਤੂੰ ਪਕੌੜਿਆਂ ਤੋਂ ਬਾਅਦ ਹੁਣ 버ਗਰ ਫੜ ਲਿਆ ਭਾਜੀ ਹੈਂ ਇਹਨਾਂ ਦਾ ਸ਼ੂਟ ਆਉਣਾ ਮੈਨੂੰ ਸਪਾਂਸਰਡ ਕੀਤਾ ਕਹਿੰਦੇ ਤੁਸੀਂ ਜੋ ਮਰਜ਼ੀ ਆ ਅੱਜ ਤੁਸੀਂ ਐਸ ਤੇ ਰਹੋ ਕਹਿੰਦੇ ਬੋਲੇ ਤੇਰੇ ਅੱਛਾ ਕਹਿੰਦਾ ਸ਼ੂਟ ਵਾਲਿਆਂ ਨੇ ਸਪਾਂਸਰ ਕੀਤਾ 버ਗਰ ਮੈਨੂੰ ਕੀ ਬਾਤ ਹੈ लेंस कार्ड स्पॉन्सर का ना लगता हो छेती कट छेती सो गाइस अगला सीक्वेंस इतने करा घैंट लोकेशन सो मित्रों हुण हो गया जी थोड़ा ब्रेक टाइम तो अपने सिंगर साहब गए कॉस्ट्यूम चेंज कर मॉडल दे भी कॉस्ट्यूम चेंज आ असी बैठे हाँ शामे भाजी शां दिखाओ कि इतनी थोड़ी छां दिखा दियो ते आपां बैठे हां छावे ते उधर साडा बिरदी साहब झूठ रहा पिंग भाजी दिखायो पिछे पिंग झूठ हुंदी दिखायो माड़ी जे हवा ना चलदी होवे दोस्तो तां तुसीं एदां दे सिरे नजारे लै सकदे ब्लॉक नाल बने रहियो ब्लॉक नाल जुड़े रहियो सो जानी गल साडे नाल ते भाजी हुणी बणाउंदे पए आ ब्लॉक साडा भाजी प्रभ भाई नाल मिलाइए प्रभ भाई ब्लॉक बणाउंदे भाई दो कैमरा दो सो प्रभ भाई नाल मिलाइए जी मलाओ जी ये साडे भरा भाजी अमृतसर तो जी बहुत ही घैंट बंदे थैंक यू बाबा स्टूडियो तो जो भी साडा अमृतसर शूट हुंदा ते भाजी साडा पूरा साथ दिंदे इन्हां दा तुहानूं पता ही है साडे लाली भाई दा लिया बड़ा ढिड ना दिखा दी इधर देख न्याणा बनिया फिरदा सो मित्रो इत्थे हुण कपड़े धो के सुकाउण दा शॉट आ जी चुनिया चानिया टंगतियां आ ते इत्थे शॉट लवांगे आप ठीक है जी ते इत्थे शॉट लवांगे आर्टिस्ट अपने आ गए रेडी हो गए ते बनाउने आपां शॉट करिए जी सर चलो जी कैमरा भरावा सुन्ना सन्ना पिया आ ते इहनू भी चक लो किते सो मित्रों हुण आपां आ गए जी अगली लोकेशन ते
इत्थे शूट चलता पिया जी, वो कच्चे घर है जी, उत्थे करांगे शूट, अगे जाके दिखाने तुहानू। सो मित्रो हुण आपां करदे पए आ पिछे कच्चे घर आए शूट, भाई दिखाओ कच्चे घर। ट्रक भर के तो दोस्तों हुण बज गया है जी 6 ते असी चाह पीन लगे, चाह दा टाइम हो गया। किदां ऑर्डर कीता कि नहीं भाजी, चाह दा ऑर्डर कीता कि नहीं करता, आ बंदे ते पूरा भरोसा मैनूं। ए तुहाडी लगी है भाजी ये बैटरियां? हां चलो आओ फिर चाह पिलाउण लिया सी, आ सारा अपना ही है चाह पिलाउण। आ देखो किदां चार्जिंग 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 चार्ज मां उड़ाया ही आ, उड़ाया उड़ाया यार, उड़ाया ही चार्जर इथे। पर रमेश भाई एक गल आ, मेकअप वाले बंदे नूं निगोस चार्ज करना पैंदा है ना, कि करना पैंदा? हां मेरा फोन नहीं, फोन ही करना पैंदा। मेकअप दी कोई इदां दी चीज होवे जिहड़ी चार्ज करनी पवे, नवां समान लेना पैंदा। देख ला ए ड्रोन वाले भाजी अपने बहुत कैंट बंदा। सो इथे चलदे जी कूपन, चार चम्मच नाल दो होर ऐड कर दो। आ लो जी चाय 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 जा भाई, शाम पै गई, चाह तां बनदी आ। आया हुण मम्मा नक्क ही साफ करी जाणा, चाह नहीं पीनी। सो पानी भी पीने जी आपां, हैं पानी बोतल दो दे। सो गाइस चाह ना आ गए फ्रेंच फ्राइज, किदां खाओगे फ्रेंच फ्राइज? हां जी हां जी। हैं ये भाई नहीं खाते? तुसी नहीं खाने भाई? नहीं खाने भाई ने तां कराए आ, भाई ने तां कराए आ भाई, चाह तो मंगा दो साड़ी। आ रही आ रही भाजी, कहते आ रही है। सो मित्रो आप हूँ कि टाइम हो गया जोनी? 7:30 हो गए जी। लो जी लाइटा लुटा जाग पईआं सारीआं लोकेशन दीआं। सो दो चार शॉट होर लवेंगे, फिलर जिहा रह गए आ, इस तों बाद आपां पैकअप करांगे। तो क्यों जोनी इस तों बाद पैकअप आ? शूट इधर दब दबा के सारे जाने बैठे अपने मित्र यार। लो किदा जानी करिए फिर चलो जी। सो गाइस पैकअप हो गया जी शूट का। सो कह रहे हो कि उची देनी पैकअप? लो जी। सो मित्रों हुण आपां चलदे आ जी टेबल ते डाटा कॉपी करवाउने आ, ते फिर जावांगे आपां घर नूं। ते ब्लॉग नूं लाइक शेयर कमेंट कर दिओ, सबसक्राइब भी कर दिओ, ते तुहानूं किद्दां दा लग्गा ब्लॉग जरूर दस्सिओ कमेंटां च, ते चक दिओ फट्टे। सो मित्रों हुण हो गया जी रोटी दा टाइम, रोटी चलन लगी आ जी। रोटी दी किन्ना टुट के पै गया। चलो जी खाओ रोटी, फिर आप खा के फिर घर निकलते हैं, चलते हैं फिर। सो गाइज लोकेशन का बाहरला व्यू दिखाने हम, असं चले सी कैमरा करते पे हाँ पैक, आ देखो जी। तो हम जावे तो आप बहरों देख लो लोकेशन रात के टाइम कि घेंट लगती है। सो आप मिलते हैं जी तू अगले शूट से, ब्लॉग ना बने रहा करो। तो हम सीधा ही जावे घर, इस ब्लॉग का एंड आप इसी लोकेशन के नाल ही करते हैं। भंगड़ा ना आप लोकेशन दिखा लेंगे बापू, इस ब्लॉग का एंड आप लोकेशन के नाल ही करते हैं।
चक दे सबसक्राइब दे टुकियां कट दौ फड़ के।